ਮੈਂ ਕਰਮਜੀਤ ਕੌਰ ਚਹਿਲ, ਚਹਿਲ ਕਲੈਕਸ਼ਨ ਮਾਨਸਾ, ਚਹਿਲ ਕਲੈਕਸ਼ਨ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ ਹੈ। ਸਾਰੇ ਹੀ ਯੂਟਿਊਬ ਚੈਨਲ ਦੇਖਣ ਵਾਲੇ ਦਰਸ਼ਕਾਂ ਨੂੰ ਨਿਮਰਤਾ ਅਤੇ ਸਤਿਕਾਰ ਸਾਹਿਬ, ਸਤਿ ਸ਼੍ਰੀ ਅਕਾਲ। ਸ਼ੋਪ ਦਾ ਐਡਰੈਸ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਅਤੇ ਬਾਕੀ ਮੈਂ ਤੁਹਾਨੂੰ ਦੱਸ ਵੀ ਦਿੰਦੀ ਹਾਂ। ਇਹ ਬੱਸ ਅੱਡੇ ਦੇ ਬਿਲਕੁਲ ਨਾਲ ਹੈ, ਚੰਚਹਿਲ ਵਾਲੀ ਗਲੀ, ਜਿਹੜੇ ਪਾਸੇ ਬੱਸ ਅੱਡੇ ਦੀ ਛੋਟੀ ਕੰਧ ਹੈ ਨਾ, ਉਹ ਛੋਟੀ ਕੰਧ ਦੇ ਬਿਲਕੁਲ ਤੁਸੀਂ ਇੱਕ ਜਾਂ ਅੱਧਾ ਮਿੰਟ ਚੱਲੋਗੇ ਤਾਂ ਆਪਣੀ ਸ਼ੋਪ ਆ ਜਾਣੀ ਹੈ। ਬੱਸ ਅੱਡੇ ਤੋਂ ਦੂਸਰੀ ਸਾਈਡ ਉੱਪਰ ਚਹਿਲ ਕਲੈਕਸ਼ਨ ਦਾ ਬੋਰਡ ਲੱਗਿਆ ਹੋਇਆ ਹੈ। ਅਤੇ ਹੁਣ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਲਈ ਸ਼ਿਮਰ ਔਰਗੈਂਜਾ ਦੇ ਜੈਪੁਰੀ ਪ੍ਰਿੰਟ ਮੈਚਿੰਗ। ਇਹਨਾਂ ਦਾ ਕੱਪੜਾ ਵੀ ਬਹੁਤ ਸੋਹਣਾ ਹੈ। ਔਰ ਇਹ ਹੈ ਵੀ ਬਿਲਕੁਲ ਪਿਓਰ। ਸ਼ਿਮਰ ਔਰਗੈਂਜਾ ਜੈਪੁਰੀ ਪ੍ਰਿੰਟ, ਇਹ ਇਹਦੀ ਸ਼ਰਟ ਆ ਗਈ। ਤੇ ਇਹਦੀ ਆਊਗੀ ਸਲਵਾਰ, ਸਹੀ ਹੁੰਦਾ ਕਿੱਧਰਲੇ ਪਾਸੇ ਇਹ ਸਲਵਾਰ ਦਾ ਕੱਪੜਾ ਰਹੂਗਾ ਤੇ ਇਹ ਸ਼ਰਟ। ਇਹਨਾਂ ਦਾ ਰੇਟ ਰਹੂਗਾ 1350 ਰੁਪਏ, 5 ਮੀਟਰ ਦੀ ਕੱਟ ਹੋਊਗੀ। ਇਹ ਜਿਹੜਾ ਕਲਰ ਹੈ, ਇਹ ਸਾਰੇ ਨਾ ਅਲੱਗ ਜੇ ਕਲਰ ਨੀਗੇ, ਹੈਗਾ ਇਹ ਬਲੂ ਸ਼ੇਡ ਹੈ, ਪਰ ਇਹ ਰੋਇਲ ਹੈ ਬਿਲਕੁਲ, ਮਤਲਬ ਜਿਵੇਂ ਲਾਈਟ ਜੇ ਸ਼ੇਡ ਹੁੰਦੇ ਨਾ, ਮਿੱਠੇ ਜੇ ਸ਼ੇਡ, ਉਵੇਂ ਦਾ ਸ਼ੇਡ ਹੈ ਇਹ ਰੋਇਲ ਜਾ ਬਲੂ। ਤੇ ਅਗਲਾ ਜਿਹੜਾ ਆਪਣਾ ਇਹ ਸੁੱਕੀ ਮਹਿੰਦੀ ਵਾਲਾ ਕਲਰ ਹੈ, ਇਹ ਵੀ ਥੋੜਾ ਲਾਈਟ ਜਾਂ ਮਿੱਠੇ ਜੇ ਸ਼ੇਡ ਨੇ ਸਾਰੇ, ਇਹ ਵੀ ਜ਼ਿਆਦਾ ਡਾਰਕ ਜੇ ਕਲਰ ਨਹੀਂ ਹੈ, ਸਹੀ ਕਲਰ ਆਉਂਦੇ ਨੇ ਜਿਵੇਂ ਹੈਗੇ ਨੇ, ਇਵੇਂ ਦੇ ਆ ਰਹੇ ਨੇ। ਤੇ ਜਦੋਂ ਤੁਸੀਂ ਬਾਏ ਕਰਨਾ ਨਾ, ਸਕਰੀਨਸ਼ਾਟ ਭੇਜਣਾ ਤੇ ਪਲੀਜ਼ ਨਾਲ ਨਾ ਕਲਰ ਲਿਖ ਦਿਆ ਕਰੋ। ਇਹ ਮਸਟਰਡ ਸੁੱਕੀ ਮਹਿੰਦੀ ਜਿਸ ਤਰ੍ਹਾਂ ਸ਼ੇਡ ਹੈਗਾ, ਇਹ ਆਪਣਾ ਅਗਲਾ ਕਲਰ ਆ ਗਿਆ ਸਕਾਈ, ਇਹ ਸਕਾਈ ਬਲੂ ਕਲਰ ਹੈ। ਇਹ ਪੀਚ ਕਲਰ ਦੇ ਵਿੱਚ ਆ ਗਿਆ। ਇਹ ਕੱਪੜਾ ਬਿਲਕੁਲ ਪਿਓਰ ਹੈਗਾ। ਬਹੁਤ ਸੋਹਣਾ ਕੱਪੜਾ ਇਹ। ਇਹ ਆ ਗਿਆ ਜੀ ਲਵੈਂਡਰ ਸ਼ੇਡ, ਪਰਪਲ, ਇਹ ਆ ਗਿਆ ਲਵੈਂਡਰ ਸ਼ੇਡ ਦੇ ਵਿੱਚ। ਉਹ ਥੋੜਾ ਜਾਮਨੀ ਜਿਹਾ ਸ਼ੇਡ ਆ ਗਿਆ, ਇਹ ਥੋੜਾ ਪਿੰਕ ਚ ਆ ਗਿਆ ਹੈ, ਇਹ ਵੀ ਲਵੈਂਡਰ ਸ਼ੇਡ ਟਾਈਪ ਹੀ, ਇਹ ਪਿੰਕ ਜਾਂ ਜਾਮਨੀ ਆ ਗਿਆ।
ਇਹ ਆ ਗਿਆ ਜੀ ਗਾਜਰੀ ਕੈਰਟ ਕਲਰ। ਕਲਰ ਇਹਦੇ ਸਾਰੇ ਪਿਆਰੇ ਨੇ। ਇਹਦੀ ਜਿਹੜੀ ਇਸ ਕਲਰ ਦੀ ਜਿਹੜੀ ਹੈ ਨਾ ਇਹ ਟੱਚ ਮਜੰਟਾ ਦੀ ਸ਼ੇਡ ਚ ਆ ਗਈ, ਪਰ ਇਹ ਡਾਰਕ ਨਹੀਂ ਹੈ, ਬਹੁਤ ਪਿਆਰਾ ਜਿਹਾ ਸ਼ੇਡ ਹੈ ਇਹ। ਇਹ ਆ ਗਿਆ ਜੀ ਅਗਲਾ ਸ਼ੇਡ ਜਿਹੜਾ ਆਪਣਾ ਕਾਪਰ ਸ਼ੇਡ ਦੇ ਵਿੱਚ, ਰੇਟ ਇਹਨਾਂ ਦਾ ਰਹੂਗਾ 1350 ਰੁਪਏ। ਉਹ ਥੋੜਾ ਮਸਟਰਡ ਜਿਹੇ ਚ ਆ ਗਿਆ ਸੀ ਕਾਪਰ, ਇਹ ਥੋੜਾ ਲਾਲੀ ਜਿਹੀ ਚ ਆ ਗਿਆ ਸ਼ੇਡ ਹੈ, ਇਹ ਵੀ ਕਾਪਰ ਸ਼ੇਡ ਹੀ। ਇਹ ਆ ਗਿਆ ਜੀ ਪਿਸਤਾ ਜਿਹਾ ਸ਼ੇਡ। ਇਹ 1350 ਰੁਪਏ ਦੀ ਰੇਂਜ ਚ ਹੈ, ਬਿਲਕੁਲ ਸਕਾਈ ਬਲੂ ਆ ਗਿਆ। ਇਹ ਆ ਗਿਆ ਜੀ ਸਕਾਈ ਬਲੂ। ਇਹ ਆ ਗਿਆ ਜੀ ਗ੍ਰੀਨ ਸ਼ੇਡ। ਜੇ ਕਿਸੇ ਨੇ ਬਾਏ ਕਰਨਾ ਹੋਵੇ ਨਾ ਸਕਰੀਨਸ਼ਾਟ ਲੈ ਕੇ ਨਾਲ ਹੀ ਆਪਣਾ ਐਡਰੈਸ, ਜੇਕਰ ਤੁਸੀਂ ਪੰਜਾਬ ਚੋਂ ਤਾਂ ਜੇ ਤੁਸੀਂ ਇੱਕ ਸੂਟ ਬਾਏ ਕਰਨਾ ਚਾਹੁੰਦੇ ਹੋ ਤਾਂ ਤਕਰੀਬਨ 70 ਰੁਪਏ ਲੱਗਣੇ ਨੇ ਇਹਦੇ, ਪੰਜਾਹ ਵੀ ਲੈ ਲੈਣੇ। ਅੱਛਾ ਇਹ ਹਲਕਾ ਹੈਗਾ, ਇਹਦੇ 50 ਰੁਪਏ ਲੱਗਣਗੇ। ਜੇ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਇੱਕ ਸੂਟ ਲੈਣਾ ਤਾਂ ਇਹਦੇ ਸ਼ਿਪਿੰਗ ਜਿਹੜੀ ਹੈ 50 ਰੁਪਏ ਲੱਗਣੀ ਹੈ ਪੰਜਾਬ ਹਰਿਆਣਾ 'ਚ। ਤਾਂ ਸਕਰੀਨਸ਼ਾਟ ਲੈ ਕੇ ਨਾ ਨਾਲ ਦੀ ਨਾਲ ਕਨਫਰਮ ਕਰ ਦਿਆ ਕਰੋ, ਤਾਂ ਜੇ ਤੁਹਾਨੂੰ ਮਤਲਬ ਉਸ ਤੋਂ ਦੇਰੀ ਹੋ ਜਾਂਦੀ ਹੈ ਨਾ ਤੁਹਾਨੂੰ 5-4 ਘੰਟੇ ਜਾਂ ਦੂਸਰੇ ਦਿਨ, ਤਾਂ ਥੋੜ੍ਹਾ ਦੁਬਾਰਾ ਪੁੱਛ ਲਿਆ ਕਰੋ ਵੀ ਇਹ ਹੈਗਾ ਜਾਂ ਨਹੀਂ ਹੈਗਾ, ਤਾਂ ਦੁਬਾਰਾ ਕਨਫਰਮ ਕਰਕੇ ਨਾ ਫਿਰ ਪੇਮੈਂਟ ਪੁਆਇਆ ਕਰੋ। ਅਤੇ ਤੁਸੀਂ ਬਹੁਤ ਸਾਰਾ ਪਿਆਰ ਅਤੇ ਸਤਿਕਾਰ ਦਿੰਦੇ ਹੋ, ਪਿੰਨ ਕੋਡ ਆਪਣਾ ਜ਼ਰੂਰ ਨਾਲ ਲਿਖ ਦਿਆ ਕਰੋ। ਅਤੇ ਤੁਸੀਂ ਸਕਰੀਨਸ਼ਾਟ ਲੈ ਕੇ ਜਿਹੜਾ ਵਟਸਐਪ 'ਤੇ ਆਪਣੀ ਜਿਹੜੀ ਯੂਟਿਊਬ 'ਤੇ ਵੀਡੀਓ ਪੈਂਦੀ ਹੈ ਨਾ ਉਹ 'ਤੇ ਜਿਹੜਾ ਨੰਬਰ ਹੁੰਦਾ ਤਾਂ ਉਸ 'ਤੇ ਭੇਜ ਦਿਆ ਕਰੋ। ਤੁਸੀਂ ਬਹੁਤ ਸਾਰਾ ਪਿਆਰ ਅਤੇ ਸਤਿਕਾਰ ਦਿੰਦੇ ਹੋ, ਪਿਆਰ ਅਤੇ ਸਤਿਕਾਰ ਦੇਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ। ਸਤਿ ਸ਼੍ਰੀ ਅਕਾਲ ਜੀ।